ਫਿਰ ਮੈਨੂੰ ਦੱਸ ਦੇ ਕਿਸ ਤਰ੍ਹਾਂ ਦਾ ਬ੍ਰਾਂਡ ਆ, ਕਿਸ ਤਰ੍ਹਾਂ ਦਾ ਹਿਸਾਬ ਕਿਤਾਬ ਆ, ਮੈਂ ਫਿਰ ਉਸ ਹਿਸਾਬ ਦੇ ਫਿਰ ਪੇਮੈਂਟ ਦੱਸਾਂਗਾ। ਪ੍ਰੋਟੈਕਟ ਦਾ ਨਾਮ ਹੈਗਾ ਵਾ ਚੂਹੋਂ ਕੇ ਖਾਨਦਾਨ ਕਾ ਦੁਸ਼ਮਨ। ਹੈਲੋ, ਅਸਲਾਮ ਵਾਲੇਕੁਮ ਐਵਰੀਵਨ, ਦਿਸ ਇਜ਼ ਮੀ ਉਮਰ ਸਈਦ ਫਰੋਮ ਪਾਕਿਸਤਾਨ, ਸ਼ਹਿਰ ਲੈਲਪੁਰ ਚੋਂ ਤੁਹਾਡਾ ਆਪਣਾ ਵੀਰ। ਅਤੇ ਦੋਸਤੋ, ਅੱਜ ਅਸੀਂ ਬਣਾਉਣ ਜਾ ਰਹੇ ਹਾਂ ਦੂਸਰੀ ਪ੍ਰੈਂਕ ਕਾਲ। ਠੀਕ ਆ, ਉਹ ਕਿਹਨੂੰ ਕਰਨ ਲੱਗੇ ਹਾਂ ਉਹ ਤਾਂ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਲਿਆ ਹੋਣਾ ਵਾ ਥੰਬਨੇਲ ਦੇ ਵਿੱਚ। ਅਤੇ ਹੁਣ ਦੇਖਦੇ ਹਾਂ ਉਹ ਜਿਹਨੂੰ ਫੋਨ ਕਰਨ ਲੱਗੇ ਹਾਂ, ਉਹ ਬੰਦਾ ਅੱਗਿਓਂ ਵੀ ਬੜਾ ਖਤਰਨਾਕ ਆ। ਉਹਨੂੰ ਪਤਾ ਨਾ ਲੱਗੇ ਦੁਆ ਕਰੋ, ਬਸ ਫਿਰ ਆਪਣਾ ਕੰਮ ਚੱਲ ਜਾਏਗਾ। ਠੀਕ ਆ, ਅਤੇ ਆਪਾਂ ਉਹਨੂੰ ਫੋਨ ਕਰਦੇ ਹਾਂ ਅਤੇ ਚੈੱਕ ਕਰੋ। ਵਾਲੇਕੁਮ ਸਲਾਮ ਉਸਮਾਨ ਭਾਈ, ਕੀ ਹਾਲ ਚਾਲ ਹੈ? ਠੀਕ ਹੋ ਜੀ? ਅਲਹਮਦੁਲਿਲਾ ਉਮਰ ਭਾਈ, ਤੁਸੀਂ ਸੁਣਾਓ? ਸ਼ੁਕਰ ਅੱਲਾ ਦਾ, ਤੁਹਾਵਾਂ ਬਿਜ਼ੀ ਤਾਂ ਨਹੀਂ ਸੀ ਉਸਮਾਨ ਭਾਈ? ਨਹੀਂ, ਤੁਹਾਡੇ ਵਾਸਤੇ ਕੀ ਬਿਜ਼ੀ ਹੋਣਾ ਸੀ? ਅੱਛਾ ਜੀ, ਚਲੋ ਮਿਹਰਬਾਨੀ ਸਰ। ਮੈਂ ਕਿਹਾ ਅੱਜ ਭਰਾ ਨੂੰ ਫੋਨ ਕਰੀਏ, ਬੜੀ ਯਾਦ ਆ ਰਹੀ ਸੀ ਤੁਹਾਡੇ ਨਾਲ, ਇੱਕ ਕੰਮ ਵੀ ਸੀ ਤੁਹਾਡੇ ਨਾਲ। ਹਾਂ ਜੀ ਜੀ, ਉਹ ਕੰਮ ਕਰੋ ਭਾਈ ਵੀਰ ਭਰਾ। ਹੋਰ ਸਫਾਈ ਵਗੈਰਾ ਕਰ ਲਈ ਬਰਤਨ ਵਗੈਰਾ? ਉਹ ਤਾਂ ਸਾਨੂੰ ਪਤਾ ਹੀ ਉਸਮਾਨ ਭਾਈ, ਉਹ ਵੀਡੀਓ ਤਾਂ ਫਿਰ ਤੁਹਾਨੂੰ ਪਤਾ ਸ਼ੁਗਲ ਮੇਲਾ ਲਾਣਾ ਹੀ ਪੈਂਦਾ ਆਵਾਮ ਨੂੰ ਦਿਖਾਉਣ ਵਾਸਤੇ। ਨਹੀਂ ਨਹੀਂ, ਸਾਨੂੰ ਪਤਾ ਉਸਮਾਨ ਭਾਈ ਤੁਹਾਡਾ ਘਰ ਜੀ ਪੂਰਾ ਤਬਕਾ ਚੱਲਦਾ ਵਾ। ਚਲੋ ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਸੁਮਾਨ ਭਾਈ, ਉਹ ਸਾਡੇ ਨਾ ਇੱਥੇ ਮੁਹੱਲੇ ਦੇ ਵਿੱਚ ਇੱਕ ਹੈਗਾ ਵਾ ਮਕੈਨਿਕ, ਮੋਟਰਸਾਈਕਲ ਮਕੈਨਿਕ ਆ। ਅਤੇ ਉਹਦੇ ਕੋਲ ਨਾ ਕਿਸੇ ਔਰਤ ਨੇ ਨੰਬਰ ਲਿਆ ਸੀ ਮੇਰਾ, ਅਤੇ ਉਹਦਾ ਮੈਨੂੰ ਆਇਆ ਫੋਨ। ਅੱਛਾ, ਅਤੇ ਉਹ ਤੁਹਾਡੇ ਬਾਰੇ 'ਚ ਨਾ ਕੋਈ ਗੱਲਬਾਤ ਕਰਨੀ ਸੀ ਉਹਨਾਂ ਨੇ। ਮੈਨੇਜਰ ਆ। ਉਸਮਾਨ ਭਾਈ, ਤੁਸੀਂ ਗੂਗਲ ਦੇ ਸਰਚ ਕਰੋਗੇ ਨਾ, ਤੇ ਇਹਨਾਂ ਦੀਆਂ ਬੜੀਆਂ ਪ੍ਰੋਡਕਟਾਂ ਹੈਗੀਆਂ ਵਾ, ਮੈਨੂੰ ਆਪ ਕੱਲ ਹੀ ਪਤਾ ਲੱਗਾ। ਹਾਂਜੀ, ਅਤੇ ਉਹ ਕਹਿੰਦੇ ਸੀ ਕੋਈ ਕੰਪੇਨ ਆ ਦੇਣੀ, ਇੱਕ ਉਹਨਾਂ ਨੇ ਤੁਹਾਡਾ ਨਾਮ ਲਿਆ ਸੀਗਾ ਮੈਨੂੰ ਕਹਿ ਰਹੇ ਸੀ, ਅਤੇ ਇੱਕ ਦੋ ਬੰਦੇ ਹੋਰ ਸੀ, ਉਹਨਾਂ ਨੂੰ ਅਜੇ ਮੈਂ ਫੋਨ ਕਰਨਾ ਵਾ। ਇੰਸਟਾ 'ਤੇ ਵੀ ਕਰਨੀ ਹੈ, ਇੰਸਟਾ 'ਤੇ ਵੀ ਕਰਨੀ ਹੈ ਬਿਲਕੁਲ। ਹਾਂਜੀ ਹਾਂਜੀ, ਅਜ਼ੀਜ਼ ਆਪਣੇ ਮਤਲਬ ਨਾ, ਉਹ ਜਿਹਨਾਂ ਕੋਲ ਨੰਬਰ ਲਿਆ ਨਾ, ਉਹ ਮੇਰੇ ਚਾਚੇ ਦੇ ਪੁੱਤਰ ਦਾ ਕਜ਼ਨ ਆ। ਬ੍ਰਾਂਡ ਹੈਗਾ ਵਾ ਉਹ, ਤੁਹਾਨੂੰ ਪਤਾ ਉਸਮਾਨ ਭਾਈ ਅੱਜ ਕੱਲ ਨਾ ਸੀਜ਼ਨ ਆਉਣ ਵਾਲਾ ਵਾ, ਗਰਮੀਆਂ ਸ਼ੁਰੂ ਹੋਣ ਵਾਲੀਆਂ ਵਾ, ਕਿ ਇਹ ਹੁੰਦੇ ਨੇ ਮਤਲਬ ਚੂਹੇ, ਛਿਪਕਲੀਆਂ, ਲਾਲ ਬੇਗ, ਤੇ ਇਹ ਮਤਲਬ ਇਸਦੇ ਨਾਲ ਰਿਲੇਟਡ ਆ। ਚੂਹੇ ਛਿਪਕਲੀਆਂ ਦਾ ਮੌਸਮ ਦਾ ਕਾਹਦਾ ਤਲਕਾ ਦਾ ਬ੍ਰਾਂਡ ਹੈ, ਸਮਝਿਆ ਨਹੀਂ ਮੈਂ ਗੱਲ। ਇੱਕ ਮਿੰਟ ਯਾਰ, ਪਰੇ ਚੱਲ ਜਾਓ ਯਾਰ, ਕੋਈ ਗੱਲ ਕਰਨ ਦਿਆ ਬੰਦਾ, ਤੁਸੀਂ ਆਪਣਾ ਵਿੱਚ ਰੋਣਾ ਪਾਇਆ, ਪਰੇ ਚੱਲ ਜਾਓ ਪਰੇ। ਕੌਣ? ਆ ਮੁੰਡੇ ਦੋਸਤ ਇੱਥੇ ਖੜੇ ਸੀ, ਹੱਸੀ ਜਾਂਦੇ ਸੀ, ਪਰੇ ਚੱਲ ਜਾਓ ਯਾਰ, ਗੱਲ ਹੋ ਰਹੀ। ਅੱਛਾ ਸੁਮਾਨ ਭਾਈ, ਉਹ ਹੈਗੀ ਆ ਮਤਲਬ ਚੂਹੇ ਮਾਰ ਗੋਲੀ ਆ, ਕੋਈ ਪਾਊਡਰ ਆ ਉਹਨਾਂ ਦਾ, ਮਤਲਬ ਉਹਨੇ ਨਵਾਂ ਲਾਂਚ ਕੀਤਾ ਵਾ ਕਿਸੇ ਲੋਕਲ ਕੰਪਨੀ ਨੇ ਫੈਸਲਾਬਾਦ ਦੇ ਵਿੱਚ। ਬੜੀਆਂ ਚੀਜ਼ਾਂ ਆਉਂਦੀਆਂ ਵਾ, ਉਹ ਫੇਸ ਕਰਨੀਆਂ ਪੈਂਦੀਆਂ।
ਕੰਟੈਂਟ ਤੁਸੀਂ ਆਪ ਵੀ ਉਹਨਾਂ ਨੂੰ ਸੁਜੈਸਟ ਕਰ ਸਕਦੇ ਹੋ, ਲੇਕਿਨ ਉਹਨਾਂ ਨੇ ਵੀ ਮੈਨੂੰ ਇੱਕ ਦਿੱਤੀ ਆ, ਉਹ ਮੈਂ ਤਾਂ ਮਤਲਬ ਐਕਸੈਪਟ ਕਰ ਲਈ ਆ, ਲੇਕਿਨ ਮੈਂ ਉਸਮਾਨ ਭਾਈ ਦਾ ਮੈਂ ਕਿਹਾ ਥੋੜ੍ਹੇ ਸਖਤ ਆ, ਉਹਨਾਂ ਨੂੰ ਪਹਿਲੇ ਪੁੱਛਣਾ ਪੈਣਾ ਵਾ, ਅਗਰ ਉਹ ਐਗਰੀ ਹੁੰਦੇ ਆ ਤਾਂ ਫਿਰ ਮਤਲਬ ਤੁਹਾਨੂੰ ਬਜਟ ਦੱਸਾਂਗਾ। ਜੇ ਤੇ ਉਹ ਮੇਰੇ ਤੇ ਹੀ ਸੁੱਟਦੇ ਆ ਤੇ ਮੈਂ ਆਪਣੇ ਹੀ ਆਪਣੀ ਮਰਜ਼ੀ ਨਾਲ ਕੰਟੈਂਟ ਬਣਾ ਕੇ ਪੋਸਟ ਕਰ ਲਵਾਂ। ਬਸ ਉਹਨਾਂ ਦੀ ਇੱਕ ਰਿਕੁਆਇਰਮੈਂਟ ਆ, ਉਹ ਤੁਸੀਂ ਲਾਜ਼ਮੀ ਪੂਰੀ ਕਰਨੀ ਆ ਕਿ ਮਤਲਬ ਉਹ ਪ੍ਰੋਡਕਟ ਦਾ ਨਾਮ ਹੈਗਾ ਵਾ ਚੂਹੋ ਕੇ ਖਾਨਦਾਨ ਕਾ ਦੁਸ਼ਮਨ। ਉਹਨਾਂ ਦੇ ਪਾਊਡਰ ਦਾ ਨਾਮ ਆ ਉਸਮਾਨ ਭਾਈ, ਜਿਹਦੀ ਆਪਾਂ ਮਤਲਬ ਐਡ ਦੇਣੀ, ਮਸ਼ਹੂਰੀ ਦੇਣੀ ਆ ਆਪਾਂ। ਮੈਂ ਲਿਆ ਵਾ 1500 ਰੁਪਿਆ। ਮੈਂ ਤੁਹਾਨੂੰ ਦੱਸਿਆ ਮੇਰੇ ਅਜ਼ੀਜ਼ ਆ ਉਹ ਰਿਸ਼ਤੇਦਾਰ ਆ, ਤੇ ਵਾੜੇ ਅਜ਼ੀਜ਼ ਰਿਸ਼ਤੇਦਾਰ ਨੇ, ਤੇ ਤੂੰ ਅੱਲਾ ਦੇ ਬੰਦਿਆ ਫਿਰ ਉਂਝ ਹੀ ਕਰ ਦੇਣਾ ਸੀ। 1500 ਤੇ ਤੂੰ ਕਿਉਂ ਲਿਆ ਉਸਮਾਨ ਭਾਈ? ਮੈਂ ਲੈ ਲੈਣਾ ਸੀ ਯਾਰ 2000 ਰੁਪਏ। ਨਹੀਂ ਨਹੀਂ, ਉਹ ਤੇ ਤੁਹਾਡੀ ਬੜੱਪਾ ਨਾ ਤੁਹਾਡਾ ਉਸਮਾਨ ਭਾਈ, ਤੁਹਾਨੂੰ ਪਤਾ ਵਾ ਮਿਹਨਤ ਤੇ ਹੋਣੀ ਕਿ ਨਹੀਂ, ਮਿਹਨਤ ਦੇ ਪੈਸੇ ਆ। ਮਿਹਨਤ ਤਾਂ ਨਹੀਂ ਹੈ ਤੇ ਫਿਰ ਅੱਲਾ ਦੇ ਬੰਦਿਆ ਤੂੰ 1500 ਤੋਂ 2000 ਰੁਪਏ ਯਾਰ ਅੱਲਾ ਦੇ ਬੰਦੇ। ਬਟੀਕ ਪਾਈ ਰੱਖਣੀ ਮੈਨੂੰ, ਮੈਂ ਤਾਂ ਇੰਨੇ ਪੈਸੇ ਲਏ ਆ ਤਾਂ ਕਿ ਉਹ ਅਗਲੀ ਵਾਰੀ ਕੰਮ ਦੇਣ ਤੋਂ ਪਹਿਲੇ ਇੱਕ ਵਾਰੀ ਸੋਚਣ। ਭਾਈ ਮੈਨੂੰ ਕੋਈ 5 ਲੱਖ ਵਾਲੇ, ਕੋਈ 6 ਲੱਖ ਵਾਲੇ ਬ੍ਰਾਂਡ ਦਾ ਕੋਈ ਮੇਰੀ ਗੱਲ ਸੁਣੋ ਉਸਮਾਨ ਭਾਈ, ਮੈਂ ਤੇ ਮਤਲਬ ਆਪਣਾ ਤੁਹਾਨੂੰ ਪਤਾ ਮੇਰਾ ਇੱਦਾਂ ਚੱਲਦਾ ਹੀ ਰਹਿੰਦਾ ਸਿਸਟਮ, ਮੈਨੂੰ ਤਾਂ ਕੋਈ ਸਟਿੰਗ ਦੀ ਬੋਤਲ ਵੀ ਪਿਆਵੇ ਤਾਂ ਮੈਂ ਉਹਦੀ ਮਸ਼ਹੂਰੀ ਦੇ ਦਿੰਦਾ, ਤੁਹਾਨੂੰ ਪਤਾ 42 ਆ ਬੰਦਾ ਵਾ। ਲੇਕਿਨ ਤੁਹਾਨੂੰ ਮੈਂ ਇਸੇ ਲਈ ਫੋਨ ਕੀਤਾ ਕਿ ਤੁਹਾਡੇ ਨਾਲ ਕੋਈ ਰਾਇਤ ਨਹੀਂ ਕਰਨੀ ਤੁਸੀਂ ਉਹਨਾਂ ਦੇ ਨਾਲ, ਠੀਕ ਆ? ਜਿੰਨੇ ਤੁਹਾਡੇ ਪੈਸੇ ਆ ਤੁਸੀਂ ਉਹ ਦੱਸਣੇ ਆ ਭਾਈ, ਉਹ ਆਪਾਂ ਉਹਨਾਂ ਦੇ ਸੰਗੀ ਦਾ ਅੰਗੂਠਾ ਰੱਖ ਕੇ ਲੈਣੇ ਆ ਜੇ ਉਹਨਾਂ ਨੇ ਕੰਮ ਕਰਾਉਣਾ। ਉਸਮਾਨ ਭਾਈ ਸਿੰਪਲ ਜਿਹਾ ਵਾ, ਕੋਈ ਨਹੀਂ ਕਰ ਲਓ, ਇੱਕ ਵੀਡੀਓ ਹੀ ਆ ਨਾ, ਤੁਸੀਂ ਮਤਲਬ ਅੱਧਾ ਕੁ ਦਿਨ ਤੁਹਾਡਾ ਲੱਗਣਾ ਵਾ। ਉਹਨਾਂ ਦੀ ਰਿਕੁਆਇਰਮੈਂਟ ਮੈਂ ਤੁਹਾਨੂੰ ਦੱਸਣ ਲੱਗਾ ਵਾਂ, ਰਿਕੁਆਇਰਮੈਂਟ ਉਹਨਾਂ ਦੀ ਇਹ ਵਾ ਕਿ ਤੁਸੀਂ, ਕਿਉਂਕਿ ਮਸ਼ਹੂਰੀ ਆਪਾਂ ਦੇਣੀ ਜੈਨੂਅਨ ਤਰੀਕੇ ਨਾਲ, ਵਿਚਾਰਿਆਂ ਦਾ ਕੰਮ ਵੀ ਚੱਲਣਾ ਚਾਹੀਦਾ ਕਿਉਂਕਿ ਉਹਨਾਂ ਨੇ ਪੈਸੇ ਦੇਣੇ ਤੁਹਾਨੂੰ, ਠੀਕ ਆ? ਤੇ ਹਾਂ, ਬਸ ਇੱਕ ਰਿਕੁਆਇਰਮੈਂਟ ਉਹਨਾਂ ਦੀ ਤੁਸੀਂ ਪੂਰੀ ਕਰਨੀ ਆ ਆਪਣੀ ਵੀਡੀਓ ਦੇ ਵਿੱਚ, ਉਹ ਰਿਕੁਆਇਰਮੈਂਟ ਇਹ ਆ ਕਿ ਤੁਸੀਂ ਆਪਣੇ ਘਰ ਦੇ ਵਿੱਚੋਂ ਜਾਂ ਕਿਤੋਂ ਵੀ ਹੈ ਨਾ 2-3 ਜ਼ਿੰਦਾ ਚੂਹੇ ਫੜਨੇ ਆ, ਮਤਲਬ ਕਿਤੋਂ ਵੀ ਕਿਤੋਂ ਇੱਧਰੋਂ ਸਾਈਡ ਤੋਂ ਕਿਤੇ ਵੀ ਕੁਛ, ਜਿਹਦਾ ਘਰ ਬੜਾ ਗੰਦਾ ਹੋਵੇ ਉੱਥੋਂ 2-3 ਚੂਹੇ ਤੁਸੀਂ ਫੜਨੇ, ਕਿਸੇ ਨੂੰ ਕਹਿ ਦਿਓ, ਕਿਸੇ ਨੂੰ ਕੋਈ ਸੋਪ ਜਾ ਦੇ ਕੇ ਕੋਈ ਫੜ ਲਿਓ। ਬਹਰਹਾਲ ਮੈਂ ਤੁਹਾਨੂੰ ਦੱਸਣ ਦਿਆ, ਤੁਸੀਂ ਜੋ ਜ਼ਿੰਦਾ ਚੂਹੇ ਤਾਂ ਸਾਹਮਣੇ ਰੱਖਣੇ ਆ, ਇੱਕ ਉਹਦੇ ਵਿੱਚ ਪਾਉਣੇ ਤੁਸੀਂ, ਉਹ ਜਿਹਦੇ ਵਿੱਚ ਤੋਤੇ ਨਹੀਂ ਪਾਈ ਦੇ, ਮਤਲਬ ਕੋਈ ਵੀ ਉਹ ਜੰਗਲਾ ਜਿਹਾ ਨਹੀਂ ਹੁੰਦਾ, ਪਿੰਜਰਾ, ਪਿੰਜਰਾ ਬਿਲਕੁਲ, ਪਿੰਜਰੇ ਦੇ ਵਿੱਚ 2 ਜ਼ਿੰਦਾ ਚੂਹੇ ਪਾਉਣੇ ਤੁਸੀਂ, ਠੀਕ ਆ? ਅਤੇ ਇਹ ਲਈ ਪ੍ਰੋਡਕਟ ਤੁਸੀਂ ਕੱਢਣੀ ਡੱਬੇ ਦੇ ਵਿੱਚੋਂ, ਪ੍ਰੋਡਕਟ ਜਿਹੜੀ ਮੈਂ ਤੁਹਾਨੂੰ ਦੱਸੀ ਆ ਚੂਹੋ ਕੇ ਖਾਨਦਾਨ ਕਾ ਦੁਸ਼ਮਨ, ਇਹ ਪਾਊਡਰ ਕੱਢ ਕੇ ਉੱਥੇ ਤੁਸੀਂ ਛਿੜਕਣਾ ਵਾ, ਕੈਮਰਾ ਵੀਡੀਓ ਤੁਹਾਡੀ ਆਨ ਆ ਸਾਹਮਣੇ, ਠੀਕ ਆ? ਛਿੜਕਣਾ ਵਾ ਅਤੇ ਉਹ ਚੂਹੇ ਨੇ ਮਤਲਬ ਲਾਈਵ ਦਿਖਾਉਣਾ, ਅੱਲਾ ਤੇਰਾ ਭਲਾ ਕਰੇ, ਇਹੀ ਇਹ ਹੁੰਦੀ ਆ ਅਸਲੀ ਕੁਆਲਿਟੀ, ਕੰਟੈਂਟ ਮੇਕਰ ਦੀ ਖੁਦ ਹੀ ਸਮਝ ਆਉਂਦਾ ਸਾਰੀ ਗੱਲ। ਹਾਂਜੀ, ਅਤੇ ਬਸ ਇਹ ਤੁਸੀਂ ਵੀਡੀਓ ਬਣਾ ਕੇ ਨਾ ਅਤੇ ਲੋਕਾਂ ਨੂੰ ਕਹਿਣਾ ਵਾ ਕਿ ਆਪ ਵੀ ਖਰੀਦੇ ਆਪਣੇ ਲਾਲ ਬੈਗ, ਚਿਪਲੀ ਔਰ ਚੂਹੋ, ਉਹਨਾਂ ਨੂੰ ਕਹਿ ਕੇ ਯਾਰ ਤੁਹਾਡੀ ਰਿਕੁਆਇਰਮੈਂਟ ਠੀਕ ਹੈ, ਉਹ ਜੋ ਵੀ ਹੈ ਜੇ ਬੰਦਾ ਉਹਦੇ ਨਾਲ ਬਿਹਤਰ ਆਪ ਬਣਾ ਲਵੇ ਤੇ ਉਹ ਨਹੀਂ ਸਹੀ, ਬਾਕੀ ਤੁਸੀਂ ਆਪ ਹੀ ਬਣਾਉਣਾ ਵਾ ਸਾਰੀ ਜਿੰਨੀ ਵੀ ਫਿਲਮ ਆ, ਸਿਰਫ ਇਹ ਇੱਕ ਰਿਕੁਆਇਰਮੈਂਟ ਉਹਨਾਂ ਦੀ ਤੁਸੀਂ ਪੂਰੀ ਕਰਨੀ ਉਸਮਾਨ ਭਾਈ।
ਯਾਰ ਇਹ ਰਿਕੁਆਇਰਮੈਂਟ ਬੜੀ ਹੈਵੀ ਹੈਗੀ ਹੈ। ਪੈਸੇ ਦੱਸੋ ਪੈਸੇ। ਪੈਸੇ ਮੈਨੂੰ ਤਾਂ ਸੋਚਿਆ ਜੀ ਪਾਤਾ। ਨਹੀਂ ਤੁਸੀਂ ਜਿੰਨੀ ਤੁਹਾਡੀ ਮਿਹਨਤ ਆ ਮਤਲਬ ਉਹਨਾਂ ਨੂੰ ਦੱਸੋ ਨਾ ਪੈਸੇ, ਫਿਰ ਮੈਂ ਉਹਨਾਂ ਨੂੰ ਦੱਸਾਂਗੇ ਭਾਈ ਇਹ ਜੁਰਮਾਨਾ ਵਾ। ਫਿਰ ਅੱਛਾ ਮੇਰੀ ਗੱਲ ਸੁਣੋ, ਚੂਹੇ ਦੇ ਵਾਲ ਨੇ ਫੜ ਕੇ ਪਰ ਉਹਦਾ ਮਤਲਬ ਹੈ ਕਿ ਅਸੀਂ ਸਹਾਰਾ ਕਿਸੇ ਵੀ ਬੰਦੇ ਦਾ ਲੈ ਸਕਦੇ ਹਾਂ, ਆਪ ਤੇ ਲੈਣਾ ਮੈਂ ਕਰਨਾ। ਹਾਂਜੀ ਲੇਕਿਨ ਤੁਸੀਂ, ਹਾਂਜੀ ਉਹ ਲੇਕਿਨ ਜਿਹੜਾ ਪਾਊਡਰ ਆ ਨਾ ਤੁਸੀਂ ਪਾਉਣਾ ਵਾ ਪਿੰਜਰੇ ਦੇ ਵਿੱਚ ਲਾਈਵ ਦਿਖਾਉਣਾ ਵਾ ਲੋਕਾਂ ਨੂੰ, ਉਹਨਾਂ ਨੇ ਐਡ ਮਤਲਬ ਨਾ ਬੜੀ ਦੂਰ ਤੱਕ ਚਲਾਉਣੀ, ਟੀਵੀ 'ਤੇ ਵੀ ਸ਼ਾਇਦ ਚੱਲੇ। ਬਸ ਫਿਰ ਠੀਕ ਹੈ, ਪੰਜ ਕਹਿ ਰਹੇ ਹੁਣ ਕਰ ਲਾਂਗੇ, ਪੰਜ ਉੱਤੇ ਪਹਿਲਾਂ ਕਰ ਰਹੇ ਪੰਜ ਸੌ ਨਹੀਂ ਉਹ ਭਾਈ ਕਿੰਨਾ ਮਤਲਬ 5,000 ਕਿੰਨਾ, ਮੈਨੂੰ ਸਮਝ ਨਹੀਂ ਲੱਗੀ ਪੂਰੀ ਅਮਾਊਂਟ ਦੱਸੋ ਯਾਰ। 5,00,000 ਕਹਿ ਰਿਹਾ ਮੈਂ, 500 ਜ਼ਿਆਦਾ ਵਾ ਸਮਾਨ ਭਾਈ ਜ਼ਿਆਦਾ ਨਾ। ਪਹਿਲਾਂ ਦੇ ਬੰਦੇ ਤੂੰ ਕੀ ਸਮਝਣਾ ਕਿ ਫਿਰ ਸਾਰਾ ਦਿਹਾੜੀ ਹੈ ਬੰਦਾ ਮੈਂ ਲੱਭ ਕੇ ਲਿਆਵਾਂ ਤੇ ਚੂਹੇ ਫੜ ਕੇ ਤੇ ਬਣਾਉਣਾ ਤੇ ਨਾਲੇ ਮੈਂ ਤੇ ਛਿਤਰੋ ਛਿਤਰੀ ਨਾਲੇ ਆਵਾਮ ਮਤਲਬ ਵੀ ਹੋਵਾਂ। ਚਲੋ ਗੱਲ ਸੁਣੋ ਨਾ ਉਹਨਾਂ ਦੀ ਨਾ ਤੁਹਾਡੀ, 3500 ਰੁਪਏ ਚ ਡਨ ਕਰ। ਸਮਾਨ ਭਾਈ ਮੈਂ ਤੁਹਾਡੇ ਨਾਲ ਕਰ ਰਿਹਾ ਸੀ ਯੁਗਲ, ਮੈਂ ਵਿਹਲਾ ਬੈਠਾ ਹੋਇਆ ਸੀ, ਮੈਂ ਨਾ ਇੱਕ ਵੀਡੀਓ ਬਣਾਉਣੀ ਸੀ ਯੂਟਿਊਬ ਦੀ, ਮੈਂ ਕਿਹਾ ਚਲੋ ਸਮਾਨ ਭਾਈ ਨੂੰ ਤੰਗ ਕਰਦੇ ਹਾਂ। ਬੜੀ ਵੱਡੀ ਸ਼ਰੀਫ ਹੋ ਕੇ ਸੀਰੀਅਸ ਹੋ ਕੇ ਤੂੰ ਬ੍ਰਾਂਡ ਵੱਲੋਂ ਮੈਂ ਕਿਹਾ ਚਲੋ ਫੋਨ ਆ ਗਿਆ ਦਿਹਾੜੀ ਲੈ ਕੇ। ਸਮਾਨ ਭਾਈ ਮੈਂ ਤੁਹਾਡੇ ਨਾਲ ਸ਼ੁਗਲ ਕਰ ਰਿਹਾ ਸੀ, ਮੈਨੂੰ ਸ਼ੱਕ ਸੀ, ਮੈਂ ਕਿਹਾ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਆਡੀਅੰਸ ਨੂੰ ਦੱਸਿਆ, ਮੈਂ ਕਿਹਾ ਬੰਦਾ ਬੜਾ ਖਤਰਨਾਕ ਆ, ਇਹਨੇ ਮੈਨੂੰ ਫੜ ਨਾ ਲਵੇ, ਜੇ ਅਗਰ ਫੜਿਆ ਨਾ ਤੇ ਫਿਰ ਬੜਾ ਮਜ਼ਾ ਆਏਗਾ, ਜੇ ਤੁਸੀਂ ਸ਼ੁਰੂ 'ਚ ਮੈਨੂੰ ਫੜ ਲੈਂਦੇ ਆ ਨਾ ਤੇ ਫਿਰ ਮਤਲਬ ਹਾਸਾ ਮੇਰਾ ਨਿਕਲ ਗਿਆ ਸੀ ਜੋ ਮੈਂ ਮੁੰਡੇ ਭਜਾਏ ਬਾਰੇ। ਚਲੋ ਜੀ ਮਾਦਰੋ ਦਸਵਾਨ ਭਾਈ, ਮੈਂ ਥੋੜਾ ਜਿਹਾ ਸ਼ੁਗਲ ਕੀਤਾ ਸੀ ਤੁਹਾਡੇ ਨਾਲ, ਮੈਂ ਵੀਡੀਓ ਰਿਕਾਰਡ ਕਰ ਲਈ ਆ ਤੁਹਾਡੀ ਤੇ ਹੁਣ ਮੈਂ ਯੂਟਿਊਬ ਤੇ ਪੋਸਟ ਕਰਨ ਲੱਗਾ। ਹਾਂਜੀ ਚਲੋ ਠੀਕ ਹੋ ਗਿਆ ਸਮਾਨ ਭਾਈ, ਬੜੀ ਮਿਹਰਬਾਨੀ ਸਰ, ਬਹੁਤ ਸ਼ੁਕਰੀਆ, ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ। ਓਕੇ ਜੀ ਅੱਲਾ ਹਾਫਿਜ਼। ਉਸ ਤੋਂ ਇੱਕ ਹੋਰ ਪ੍ਰੈਂਕ ਹੋ ਗਿਆ ਜੀ ਉਸਮਾਨ, ਮੌਲਵੀ ਉਸਮਾਨ ਸਾਹਿਬ ਨਾਲ, ਅਤੇ ਇਹ ਮੈਨੂੰ ਲੱਗਦਾ ਕਿ ਮੈਨੂੰ ਜੈਨੂਅਨ ਬੜਾ ਹਾਸਾ ਆਇਆ। ਅਤੇ ਬਾਕੀ ਨੈਕਸਟ ਪ੍ਰੈਂਕ ਦੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨੈਕਸਟ ਪ੍ਰੈਂਕ ਮੈਂ ਲਿਖਿਆ ਹੋਇਆ ਸਾਰਾ, ਅਤੇ ਹੁਣ ਮੈਂ ਕਰਨਾ ਕਿਹਨੂੰ ਆ ਉਹ ਬੰਦਾ ਮੈਨੂੰ ਸੋਚਣ ਦਿਓ, ਅਤੇ ਫਿਰ ਨੈਕਸਟ ਵੀਡੀਓ ਦੇ ਵਿੱਚ ਉਹ ਬੰਦਾ ਤੁਸੀਂ ਦੇਖੋਗੇ। ਲਵ ਯੂ ਆਲ।